ਉਹ ਦੇਖੋ ਅਸੀਂ ਐਕਸਲ ਸਪਰੈਡਸ਼ੀਟ ਵਿੱਚ ਕੰਮ ਕਰਦੇ ਹਾਂ, ਕੋਈ ਨਵੀਂ ਸ਼ੀਟ ਲੈਂਦੇ ਹਾਂ ਅਤੇ ਉਹਦੇ ਵਿੱਚ ਕੋਲਮ, ਰੋ, ਇਹ ਸਭ ਕੁਝ ਸਾਨੂੰ ਮਿਲ ਜਾਂਦਾ ਅਤੇ ਪੂਰੀ ਇਹ ਸਪਰੈਡਸ਼ੀਟ। ਇਹਦੇ ਵਿੱਚ ਹੁਣ ਬਹੁਤ ਸਾਰੇ ਕੋਲਮ ਆ ਅਤੇ ਬਹੁਤ ਸਾਰੀਆਂ ਰੋਜ਼ ਆ। ਹੁਣ ਉਹਨਾਂ ਵਿੱਚ ਆਪਾਂ ਜੇ ਨੈਵੀਗੇਟ ਕਰਨਾ ਹੋਵੇ ਅਤੇ ਉਹ ਨੈਵੀਗੇਸ਼ਨ ਵਾਸਤੇ ਸਾਡੇ ਕੋਲ ਐਰੋ ਕੀਜ਼ ਹੈਗੇ, ਜਿੱਦਾਂ ਮੈਂ ਰਾਈਟ ਐਰੋ ਕੀ ਪ੍ਰੈਸ ਕਰ ਰਿਹਾ ਅਤੇ ਮੈਂ ਰਾਈਟ ਸਾਈਡ 'ਤੇ ਮੂਵ ਕਰ ਸਕਦਾ, ਅਤੇ ਹੁਣ ਏ ਏ ਏ ਬੀ ਏ ਸੀ ਇਸ ਤਰੀਕੇ ਨਾਲ ਅੱਗੇ ਕੋਲਮ ਆਉਣੇ ਸ਼ੁਰੂ ਹੋ ਗਏ ਆ। ਹੁਣ ਏ ਖਤਮ ਹੋਏਗਾ ਤਾਂ ਫਿਰ ਬੀ ਏ ਬੀ ਸੀ ਇਸ ਤਰੀਕੇ ਨਾਲ ਸ਼ੁਰੂ ਹੋ ਜਾਏਗਾ। ਅਤੇ ਇੱਦਾਂ ਹੀ ਹੁਣ ਜੇ ਮੈਂ ਨੀਚੇ ਡਾਊਨ ਐਰੋ ਕਰਦਾ ਅਤੇ ਉਹ ਫਿਰ 1 2 3 4 ਇਸ ਤਰੀਕੇ ਨਾਲ ਰੋਜ਼ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਬਹੁਤ ਸਾਰੀਆਂ ਰੋਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ ਇੱਕ ਹੀ ਵਰਕਸ਼ੀਟ ਦੇ ਵਿੱਚ। ਬਹੁਤ ਸਾਰੀਆਂ ਰੋਜ਼ ਅਤੇ ਬਹੁਤ ਸਾਰੀਆਂ ਕੋਲਮ ਜਿਹੜੇ ਆ ਉਹ ਮਿਲ ਜਾਂਦੇ। ਪਰ ਹੁਣ ਉਹ ਕਿੰਨੇ ਹੁੰਦੇ ਆ? ਹੁਣ ਜੋ ਸਾਡੇ ਕੋਲ ਰੋਜ਼ ਦੀ ਗਿਣਤੀ ਹੈ ਉਹ 10,48,000 ਅਤੇ 576 ਰੋਜ਼ ਸਾਨੂੰ ਇੱਕ ਹੀ ਸ਼ੀਟ ਦੇ ਵਿੱਚ ਮਿਲ ਜਾਂਦੀ ਹੈ। ਅਤੇ ਜੇ ਆਪਾਂ ਨੀਚੇ ਨੀਚੇ ਜਾਈਏ ਤਾਂ 10,48,576 ਤੱਕ ਸਾਨੂੰ ਨੀਚੇ ਨੀਚੇ ਜਾਣਾ ਪਏਗਾ। ਜੋ ਪੁਰਾਣਾ ਵਰਜ਼ਨ ਹੁੰਦਾ ਸੀ ਨਾ ਉਹਦੇ ਵਿੱਚ 65,536 ਰੋਜ਼ ਹੁੰਦੀਆਂ ਸੀਗੀਆਂ, ਮਤਲਬ 2007 ਦੇ ਕਰੀਬ ਜਾਂ 3 ਦੇ ਕਰੀਬ ਜਦੋਂ ਆਪਾਂ ਐਕਸਲ ਯੂਜ਼ ਕਰਦੇ ਹੁੰਦੇ ਸੀਗੇ ਉਦੋਂ ਜੇ 65,536 ਰੋਜ਼ ਹੁੰਦੀਆਂ ਸੀਗੀਆਂ। ਪਰ ਹੁਣ ਜੋ ਲੇਟੈਸਟ ਵਰਜ਼ਨ ਆ ਰਹੇ ਆ ਉਹਨਾਂ ਵਿੱਚ 10,48,000 ਅਤੇ 576 ਰੋਜ਼। ਇਹਦੀ ਜੋ ਕੋਲਮ ਦੀ ਗਿਣਤੀ ਆ ਉਹ ਅੱਗੇ ਅੱਗੇ 16,384 ਜਿਹੜੇ ਆ ਉਹ ਕੋਲਮ ਅੱਗੇ ਚੱਲਦੇ। ਪੁਰਾਣੇ ਵਰਜ਼ਨ 256 ਕੋਲਮ ਸੀ, ਠੀਕ ਹੈ। ਅਤੇ ਇਹ ਹੁਣ ਦੇਖੋ ਕਿੰਨਾ ਡਾਟਾ ਜਿਹੜਾ ਆ ਉਹ ਇੱਕ ਹੀ ਅਸੀਂ ਵਰਕਸ਼ੀਟ ਦੇ ਵਿੱਚ ਪਾ ਸਕਦੇ। ਜਿੱਦਾਂ ਆਪਾਂ ਦੱਸਿਆ ਵੀ ਇਹਨਾਂ ਨੂੰ ਮੂਵ ਕਰਨਾ ਹੋਵੇ ਤਾਂ ਐਰੋ ਕੀਜ਼ ਨਾਲ ਅਸੀਂ ਮੂਵ ਕਰ ਸਕਦੇ ਹਾਂ, ਪਰ ਬਹੁਤ ਟਾਈਮ ਲੱਗ ਜਾਂਦਾ। ਹੁਣ ਇਹਨਾਂ ਨੂੰ ਕਰਨ ਵਾਸਤੇ ਸਾਡੇ ਕੋਲ ਕੁਛ ਸ਼ੋਰਟਕੱਟ ਕੀਜ਼ ਵੀ ਹੈਗੀਆਂ, ਜਿੱਦਾਂ ਕਿ ਹੁਣ ਮੈਂ ਕੰਟਰੋਲ ਅਤੇ ਰਾਈਟ ਐਰੋ ਕੀ ਕਰਦਾ। ਹੁਣ ਕੰਟਰੋਲ ਰਾਈਟ ਐਰੋ ਕੀ ਕਰਨਾ, ਮੈਂ ਇੱਕਦਮ ਲਾਸਟ ਕੋਲਮ ਵਿੱਚ ਆ ਗਿਆ ਹੋਇਆ ਉਸ ਰੋ ਦੇ ਲਾਸਟ ਕੋਲਮ, ਮਤਲਬ ਲਾਸਟ ਕੋਲਮ ਸਾਡਾ ਐਕਸ ਐਫ ਡੀ ਜਿਹੜਾ ਉਹ ਸਾਡਾ ਕੋਲਮ ਹੈਗਾ। ਅਤੇ ਜੇ ਮੈਂ ਕੰਟਰੋਲ ਲੈਫਟ ਐਰੋ ਕੀ ਕਰਦਾ ਤਾਂ ਮੈਂ ਇੱਕਦਮ ਲੈਫਟ ਕੋਲਮ ਦੇ ਵਿੱਚ ਆ ਜਾਂਦਾ। ਇਹਦੇ ਜੇ ਮੈਂ ਕੰਟਰੋਲ ਪੇਜ ਡਾਊਨ ਕਰਦਾ, ਕੰਟਰੋਲ ਡਾਊਨ ਕੀ, ਠੀਕ ਹੈ, ਰਾਈਟ ਐਰੋ ਕੀ ਕਰਦੇ ਹਾਂ ਅਤੇ ਆਪਾਂ ਇੱਕਦਮ ਲਾਸਟ ਰੋ ਦੇ ਵਿੱਚ ਆ ਚੁੱਕੇ ਹਾਂ, 10,48,576 ਵਾਲੀ ਰੋ ਦੇ ਵਿੱਚ ਆ ਚੁੱਕੇ ਹਾਂ। ਜੇ ਮੈਂ ਫਿਰ ਕੰਟਰੋਲ ਅਤੇ ਅਪ ਐਰੋ ਕੀ ਕਰਦਾ ਤਾਂ ਇੱਕਦਮ ਫਿਰ ਜੋ ਵਰਕਿੰਗ ਸੈੱਲ ਹੈਗਾ ਉਹਦੇ ਵਿੱਚ ਆ ਚੁੱਕਾ ਹੋਇਆ, ਠੀਕ ਹੈ। ਅਤੇ ਆਪਾਂ ਹੁਣ ਕੰਟਰੋਲ ਦੇ ਨਾਲ ਅਪ ਕਰਕੇ ਮੂਵ ਕਰ ਸਕਦੇ ਹਾਂ, ਕੰਟਰੋਲ ਐਰੋ ਕੀਜ਼, ਠੀਕ ਹੈ, ਲੈਫਟ ਰਾਈਟ ਅਪ ਐਂਡ ਡਾਊਨ, ਇਹਦੇ ਨਾਲ ਅਸੀਂ ਲਾਸਟ ਕੋਲਮ ਲਾਸਟ ਰੋ ਇਹਦੇ ਵਿੱਚ ਮੂਵ ਕਰ ਸਕਦੇ। ਇੱਕ ਹੋਰ ਹੈ ਕਿ ਆਪਾਂ ਜਿੱਦਾਂ ਹੁਣ ਇਹਦੇ ਵਿੱਚ ਵਰਕ ਕਰ ਰਹੇ ਹਾਂ ਅਤੇ ਕੰਟਰੋਲ ਐਂਡ ਕੀਤਾ, ਕੰਟਰੋਲ ਐਂਡ, ਅਤੇ ਆਪਾਂ ਵਰਕਿੰਗ ਏਰੀਏ ਦੇ ਲਾਸਟ ਵਿੱਚ ਆ ਗਏ, ਵੀ ਮਤਲਬ ਮੇਰੀ ਸ਼ੀਟ ਜਿੰਨੀ ਯੂਜ਼ ਸੀਗੀ ਉਹਦੇ ਯੂਜ਼ ਸ਼ੀਟ ਦੇ ਹਿਸਾਬ ਨਾਲ ਮੈਂ ਲਾਸਟ ਸੈੱਲ ਵਿੱਚ ਆ ਗਿਆ। ਅਤੇ ਕੰਟਰੋਲ ਹੋਮ ਕਰੂੰਗਾ ਅਤੇ ਮੈਂ ਇੱਕਦਮ ਸ਼ੁਰੂਆਤ ਵਿੱਚ ਚਲਾ ਜਾਵਾਂਗਾ, ਠੀਕ ਹੈ। ਕੰਟਰੋਲ ਐਂਡ ਨਾ ਜੋ ਵਰਕਿੰਗ ਏਰੀਆ ਹੈਗਾ ਉਹਦੇ ਵਿੱਚ ਆਪਾਂ ਲਾਸਟ ਦੇ ਵਿੱਚ ਜਾ ਸਕਦੇ, ਠੀਕ ਹੈ, ਲਾਸਟ ਸੈੱਲ ਦੇ ਵਿੱਚ, ਅਤੇ ਕੰਟਰੋਲ ਹੋਮ ਦੇ ਨਾਲ ਇੱਕਦਮ ਸ਼ੁਰੂਆਤ ਦੇ ਵਿੱਚ ਜਾ ਸਕਦੇ। ਇਹ ਨੈਵੀਗੇਸ਼ਨ ਵਾਸਤੇ ਆਪਾਂ ਯੂਜ਼ ਕਰਦੇ ਅਤੇ ਇਸੇ ਕੰਮ ਨੂੰ ਕਰਨ ਵਾਸਤੇ ਸਾਡੇ ਕੋਲ ਇੱਥੇ ਹੋਮ ਟੈਬ ਦੇ ਵਿੱਚ ਇੱਥੇ ਫਾਈਂਡ ਐਂਡ ਰੀਪਲੇਸ ਦੀ ਆਪਸ਼ਨ ਹੈ, ਇਹਦੇ ਵਿੱਚ ਜਾ ਕੇ ਸਾਡੇ ਕੋਲ ਗੋ ਟੂ ਵੀ ਹੈ, ਅਸੀਂ ਗੋ ਟੂ ਦਾ ਵੀ ਯੂਜ਼ ਕਰ ਸਕਦੇ ਹਾਂ ਕਿਸੇ ਵੀ ਸੈੱਲ ਵਿੱਚ ਜਾਣ ਵਾਸਤੇ। ਜਿੱਦਾਂ ਹੁਣ ਮੈਂ G555 ਕਰ ਦਿੱਤਾ ਅਤੇ ਓਕੇ ਬਟਨ 'ਤੇ ਕਲਿੱਕ ਕਰ ਦਿੱਤਾ ਅਤੇ ਮੈਂ ਹੁਣ G ਵਾਲੇ ਕੋਲਮ ਦੇ ਵਿੱਚ ਅਤੇ 555 ਵਾਲੇ
ਸੈੱਲ ਦੇ ਵਿੱਚ ਆ ਚੁੱਕਾ ਹਾਂ ਤੇ ਆਪਾਂ ਇਸ ਗੋ ਟੂ ਆਪਸ਼ਨ ਦੇ ਨਾਲ ਵੀ ਮੂਵ ਕਰ ਸਕਦੇ ਹਾਂ। ਗੋ ਟੂ ਸਪੈਸ਼ਲ ਵਿੱਚ ਜਾਵਾਂਗੇ ਤੇ ਇੱਥੇ ਵੀ ਸਾਡੇ ਕੋਲ ਆਪਸ਼ਨ ਆ ਜਾਂਦੀਆਂ, ਜਿੱਦਾਂ ਕਿ ਲਾਸਟ ਸੈੱਲ ਆਪਾਂ ਕਲਿੱਕ ਕੀਤਾ ਤੇ ਵਰਕਿੰਗ ਏਰੀਆ ਜਿਹੜਾ ਸਾਡਾ ਸੀਗਾ ਉਹਦੇ ਵਿੱਚ ਜੋ ਲਾਸਟ ਸੈੱਲ ਸੀਗਾ ਉਹਦੇ ਵਿੱਚ ਅਸੀਂ ਚਲੇ ਗਏ। ਹੁਣ ਦੂਸਰੀ ਗੱਲ ਆ ਜਾਂਦੀ ਆ ਵੀ ਅਸੀਂ ਆਪਣੀ ਸ਼ੀਟ ਦੇ ਵਿੱਚ ਨਵੀਂ ਰੋ, ਨਵਾਂ ਕੋਲਮ, ਨਵਾਂ ਸੈੱਲ ਐਡ ਕਰਨਾ, ਉਹਦੇ ਕਈ ਤਰੀਕੇ ਆ ਵੀ ਕਈ ਤਰੀਕਿਆਂ ਨਾਲ ਆਪਾਂ ਆਪਣੀ ਮਤਲਬ ਸ਼ੀਟ ਦੇ ਵਿੱਚ ਨਵਾਂ ਰੋ, ਨਵਾਂ ਕੋਲਮ ਜਾਂ ਨਵਾਂ ਸੈੱਲ ਐਡ ਕਰ ਸਕਦੇ। ਉਹਨੂੰ ਕਿੱਦਾਂ ਕਰਾਂਗੇ? ਸਭ ਤੋਂ ਪਹਿਲਾਂ ਤਾਂ ਮਾਊਸ ਦੇ ਨਾਲ, ਠੀਕ ਹੈ, ਮਾਊਸ ਦੇ ਨਾਲ ਆਪਾਂ ਜਿੱਦਾਂ ਹੁਣ ਇੱਥੇ ਕਲਿੱਕ ਕੀਤਾ ਸੀ ਦੇ ਉੱਪਰ, ਇੱਥੇ ਰਾਈਟ ਕਲਿੱਕ ਕਰਨਾ, ਰਾਈਟ ਕਲਿੱਕ ਕੀਤਾ ਤੇ ਇੱਥੇ ਸਾਡੇ ਕੋਲ ਆਪਸ਼ਨ ਆ ਗਈ ਇਨਸਰਟ, ਆਪਾਂ ਇਨਸਰਟ 'ਤੇ ਕਲਿੱਕ ਕਰ ਦਿੱਤਾ। ਹੁਣ ਜਿਸ ਸੈੱਲ 'ਤੇ ਆਪਾਂ ਕਲਿੱਕ ਕੀਤਾ ਸੀ ਉਹਦੇ ਲੈਫਟ ਸਾਈਡ ਦੇ ਉੱਪਰ ਇੱਕ ਨਵਾਂ ਕੋਲਮ ਆ ਜਾਏਗਾ। ਇੱਦਾਂ ਹੀ ਜੇ ਹੁਣ ਮੈਂ ਇੱਥੇ ਥਰਡ ਵਾਲੀ ਰੋ ਦੇ ਉੱਪਰ ਕਲਿੱਕ ਕੀਤਾ ਤਾਂ ਉੱਥੇ ਜਾ ਕੇ ਰਾਈਟ ਕਲਿੱਕ ਕਰ ਦਿੱਤਾ, ਰਾਈਟ ਕਲਿੱਕ ਕਰਕੇ ਫਿਰ ਇਨਸਰਟ 'ਤੇ ਕਲਿੱਕ ਕਰ ਦਿੱਤਾ, ਫਿਰ ਸਾਡੇ ਕੋਲ ਉਸ ਰੋ ਦੇ ਉੱਪਰਲੀ ਸਾਈਡ 'ਤੇ ਇੱਕ ਨਵੀਂ ਰੋ ਐਡ ਹੋ ਗਈ, ਜਿੱਥੇ ਇਹ ਜੇ ਆਪਾਂ ਜਿਹੜੇ ਵੀ ਕੋਲਮ ਦੇ ਉੱਪਰ ਰਾਈਟ ਕਲਿੱਕ ਕਰਾਂਗੇ ਤਾਂ ਉਹਦੇ ਲੈਫਟ ਸਾਈਡ ਦੇ ਉੱਪਰ ਇੱਕ ਖਾਲੀ ਕੋਲਮ ਆ ਜਾਏਗਾ। ਜੇ ਰੋ ਦੇ ਉੱਪਰ ਰਾਈਟ ਕਲਿੱਕ ਕਰਾਂਗੇ ਤਾਂ ਉਹਦੇ ਉੱਪਰ ਜਿਹੜਾ ਇਨਸਰਟ 'ਤੇ ਜਾ ਕੇ ਕਲਿੱਕ ਕਰਾਂਗੇ ਤਾਂ ਉਹਦੇ ਉੱਪਰ ਇੱਕ ਨਵੀਂ ਰੋ ਆ ਜਾਏਗੀ, ਆਪਾਂ ਇਨਸਰਟ ਦਾ ਯੂਜ਼ ਕਰ ਸਕਦੇ ਹਾਂ। ਹੁਣ ਇਹ 'ਤੇ ਰਾਈਟ ਕਲਿੱਕ ਕਰਕੇ ਕੀਤਾ ਜਾ ਸਕਦਾ, ਇਹਦੇ ਡਿਲੀਟ ਵੀ ਕਰ ਸਕਦੇ ਹਾਂ, ਅਸੀਂ ਉਸ ਕੋਲਮ ਦੇ ਉੱਪਰ ਰਾਈਟ ਕਲਿੱਕ ਕਰਾਂਗੇ ਅਤੇ ਡਿਲੀਟ 'ਤੇ ਕਲਿੱਕ ਕਰ ਦਾਂਗੇ, ਕੋਲਮ ਚਲਾ ਜਾਏਗਾ। ਰਾਈਟ ਕਲਿੱਕ ਕਰਾਂਗੇ, ਡਿਲੀਟ 'ਤੇ ਕਲਿੱਕ ਕਰਾਂਗੇ ਤਾਂ ਕੋਲਮ ਡਿਲੀਟ ਹੋ ਜਾਏਗਾ। ਫਿਰ ਰੋ ਦੇ ਉੱਪਰ ਅਸੀਂ ਰਾਈਟ ਕਲਿੱਕ ਕੀਤਾ ਅਤੇ ਡਿਲੀਟ 'ਤੇ ਕਲਿੱਕ ਕਰ ਦਿੱਤਾ ਅਤੇ ਰੋ ਡਿਲੀਟ ਹੋ ਗਈ। ਫਿਰ ਰਾਈਟ ਕਲਿੱਕ ਕੀਤਾ, ਡਿਲੀਟ ਕੀਤਾ ਅਤੇ ਰੋ ਡਿਲੀਟ ਹੋ ਗਈ, ਠੀਕ ਹੈ। ਅਸੀਂ ਰਾਈਟ ਕਲਿੱਕ ਕਰਕੇ ਅਤੇ ਇਨਸਰਟ ਅਤੇ ਡਿਲੀਟ ਕਰ ਸਕਦੇ ਅਤੇ ਇਹਦੀ ਸਿਲੈਕਟ ਕਰਨਾ, ਜਿੱਦਾਂ ਮੈਂ ਪੂਰੇ ਕੋਲਮ ਨੂੰ ਸਿਲੈਕਟ ਕਰਨਾ ਚਾਹੁੰਦਾ ਅਤੇ ਮੈਂ ਸੀ 'ਤੇ ਕਲਿੱਕ ਕਰਤਾ, ਪੂਰਾ ਕੋਲਮ ਸਿਲੈਕਟ ਹੋ ਗਿਆ। ਜੇ ਮੈਂ ਇੱਦਾਂ 3 'ਤੇ ਕਲਿੱਕ ਉੱਪਰ ਕਰ ਦਿੱਤਾ ਤਾਂ ਉਸ ਰੋ ਹੈਡਿੰਗ 'ਤੇ ਕਲਿੱਕ ਕਰਨ 'ਤੇ ਪੂਰੀ ਰੋ ਜਿਹੜੀ ਉਹ ਸਿਲੈਕਟ ਹੋ ਗਈ। ਅਤੇ ਇੱਕ ਇੱਥੇ ਕੋਰਨਰ ਦੇ ਉੱਪਰ ਸਾਈਨ ਹੁੰਦਾ, ਮਤਲਬ ਇੱਕਦਮ ਕੋਰਨਰ ਦੇ ਉੱਪਰ, ਉੱਥੇ ਕਲਿੱਕ ਕਰਾਂਗੇ ਤਾਂ ਪੂਰੀ ਸ਼ੀਟ ਹੀ ਸਿਲੈਕਟ ਹੋ ਜਾਏਗੀ। ਆਪਾਂ ਪੂਰੀ ਸ਼ੀਟ ਸਿਲੈਕਟ ਕਰ ਸਕਦੇ ਹਾਂ, ਪੂਰਾ ਕੋਲਮ ਸਿਲੈਕਟ ਕਰ ਸਕਦੇ ਹਾਂ ਅਤੇ ਪੂਰੀ ਰੋ ਸਿਲੈਕਟ ਕਰ ਸਕਦੇ ਹਾਂ। ਕਿਸ ਤਰ੍ਹਾਂ? ਜਸਟ ਲੈਫਟ ਕਲਿੱਕ ਕਰਨਾ ਉਸ ਕੋਲਮ ਦੇ ਉੱਪਰ ਜਾਂ ਉਸ ਰੋ ਦੇ ਉੱਪਰ, ਤਾਂ ਪੂਰੀ ਰੋ ਜਾਂ ਪੂਰਾ ਕੋਲਮ ਜਿਹੜਾ ਆ ਉਹ ਸਿਲੈਕਟ ਕਰ ਦੇਗਾ। ਹੁਣ ਦੂਸਰੀ ਗੱਲ ਆ ਜਾਂਦੀ ਆ, ਸਾਡੇ ਕੋਲ ਇੱਥੇ ਸੈਲਸ ਗਰੁੱਪ ਮਿਲ ਜਾਂਦਾ। ਹੁਣ ਅਸੀਂ ਇਸ ਜਗ੍ਹਾ 'ਤੇ ਕਲਿੱਕ ਕੀਤਾ ਅਤੇ ਹੁਣ ਥਰਡ ਵਾਲੀ ਰੋ ਦੇ ਉੱਪਰ ਆ, ਅਤੇ ਮੈਂ ਜੋ ਸਾਡਾ ਰਿਬਨ ਆ, ਰਿਬਨ ਦੇ ਵਿੱਚ ਸੈੱਲ ਗਰੁੱਪ ਆ, ਉਹਦੇ ਵਿੱਚ ਸਾਡੇ ਕੋਲ ਇਨਸਰਟ ਦੀਆਂ ਆਪਸ਼ਨਸ ਹੈਗੀਆਂ। ਆਪਾਂ ਇਨਸਰਟ 'ਤੇ ਕਲਿੱਕ ਕੀਤਾ, ਹੁਣ ਇਹਦੇ ਵਿੱਚ ਇਨਸਰਟ ਰੋ ਕਲਿੱਕ ਕੀਤਾ ਅਤੇ ਨਵੀਂ ਰੋ ਆ ਗਈ। ਫਿਰ ਜਿੱਥੇ ਕਲਿੱਕ ਕੀਤਾ ਉੱਥੇ ਫਿਰ ਅਸੀਂ ਇਨਸਰਟ 'ਤੇ ਗਏ ਅਤੇ ਇਨਸਰਟ ਸ਼ੀਟ ਕੋਲਮ 'ਤੇ ਕਲਿੱਕ ਕਰ ਦਿੱਤਾ ਅਤੇ ਨਵਾਂ ਕੋਲਮ ਆ ਗਿਆ। ਅਸੀਂ ਇੱਥੋਂ ਸੈੱਲਸ ਗਰੁੱਪ ਦੇ ਵਿੱਚੋਂ ਇਨਸਰਟ ਦਾ ਯੂਜ਼ ਕਰਕੇ ਵੀ ਐਡ ਕਰ ਸਕਦੇ ਅਤੇ ਜਾਂ ਇੱਥੇ ਇਨਸਰਟ ਸ਼ੀਟ ਵੀ ਹੁੰਦਾ। ਹੁਣ ਇੱਥੇ ਕਲਿੱਕ ਕਰਾਂਗੇ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਸ਼ੀਟ ਆ ਗਈ ਅਤੇ ਹੁਣ ਇਹ ਸ਼ੀਟ ਐਡ ਕਰਨ ਵਾਸਤੇ ਅਸੀਂ ਇੱਥੋਂ ਇਨਸਰਟ 'ਤੇ ਜਾ ਕੇ ਇਨਸਰਟ ਸ਼ੀਟ 'ਤੇ ਕਲਿੱਕ ਕਰਾਂਗੇ, ਨਵੀਂ ਸ਼ੀਟ ਆ ਜਾਏਗੀ। ਜਾਂ ਇੱਥੇ ਸਾਡੇ ਕੋਲ ਪਲੱਸ ਦਾ ਸਾਈਨ ਹੈਗਾ, ਇਨਸਰਟ ਸ਼ੀਟ ਟੈਬ ਆ ਜਾਂ ਇਨਸਰਟ ਸ਼ੀਟ ਬਟਨ ਆ, ਇੱਥੇ ਕਲਿੱਕ ਕਰਾਂਗੇ ਤਾਂ ਵੀ ਨਵੀਂ ਸ਼ੀਟ ਆ ਜਾਏਗੀ। ਅਤੇ ਅਸੀਂ ਇਨਸਰਟ ਦਾ ਯੂਜ਼ ਕਰਕੇ ਅਤੇ ਨਵੀਂ ਰੋ, ਨਵਾਂ ਕੋਲਮ ਅਤੇ ਨਵੀਂ ਸ਼ੀਟ ਆਪਣੀ ਫਾਈਲ ਦੇ ਵਿੱਚ ਐਡ ਕਰ ਸਕਦੇ। ਅਤੇ ਹੁਣ ਇਹਦੇ ਨਾਲ ਹੀ ਹੁਣ ਮੈਨੂੰ ਜੇ ਕੋਲਮ ਨਹੀਂ ਚਾਹੀਦਾ ਅਤੇ ਫਿਰ ਆਪਾਂ ਉਸ ਕੋਲਮ 'ਚ ਕਲਿੱਕ ਕੀਤਾ ਅਤੇ ਫਿਰ ਡਿਲੀਟ 'ਤੇ ਗਏ, ਇੱਥੋਂ ਡਿਲੀਟ ਕੋਲਮ, ਡਿਲੀਟ ਸ਼ੀਟ ਕੋਲਮ 'ਤੇ ਕਲਿੱਕ ਕਰ ਦਿੱਤਾ ਅਤੇ ਕੋਲਮ ਡਿਲੀਟ ਹੋ ਗਿਆ। ਮੈਨੂੰ ਆਹ ਰੋ ਨਹੀਂ ਚਾਹੀਦੀ, ਮੈਂ ਉਸ ਰੋ ਦੇ ਵਿੱਚ ਕਲਿੱਕ ਕਰ ਦਿੱਤਾ, ਇਨਸਰਟ 'ਤੇ ਡਿਲੀਟ 'ਤੇ ਗਏ ਅਤੇ ਉੱਥੇ ਜਾ ਕੇ ਡਿਲੀਟ ਸ਼ੀਟ ਰੋ 'ਤੇ ਕਲਿੱਕ ਕਰ ਦਿੱਤਾ ਅਤੇ ਪੂਰੀ ਰੋ ਡਿਲੀਟ ਹੋ ਗਈ। ਹੁਣ ਮੈਂ ਸ਼ੀਟ ਆਹ ਵਾਲੀ ਐਡ ਕੀਤੀ ਸੀ ਅਤੇ ਮੈਂ ਸ਼ੀਟ ਨਹੀਂ ਚਾਹੁੰਦਾ ਅਤੇ ਮੈਂ ਫਿਰ ਇੱਥੇ ਡਿਲੀਟ 'ਤੇ ਗਿਆ, ਇੱਥੇ ਜਾ ਕੇ ਡਿਲੀਟ ਸ਼ੀਟ 'ਤੇ ਕਲਿੱਕ ਕਰ ਦਿੱਤਾ ਅਤੇ ਉਹ ਸ਼ੀਟ ਡਿਲੀਟ ਹੋ ਗਈ। ਹੁਣ ਸ਼ੀਟ ਨੰਬਰ 8 ਤੋਂ ਡਿਲੀਟ ਹੋ ਚੁੱਕੀ ਹੋਈ ਆ ਅਤੇ ਇਹਦੀ ਮੈਂ ਇਸ ਸ਼ੀਟ ਦੇ ਉੱਪਰ ਰਾਈਟ ਕਲਿੱਕ ਕਰਕੇ ਵੀ ਇੱਥੇ ਡਿਲੀਟ 'ਤੇ ਕਲਿੱਕ ਕਰਕੇ ਇਸ ਸ਼ੀਟ ਨੂੰ ਡਿਲੀਟ ਕਰ ਸਕਦਾ। ਰਾਈਟ ਕਲਿੱਕ ਕਰਕੇ ਜੇ ਚਾਹੇ ਤਾਂ ਡਿਲੀਟ ਦਾ ਯੂਜ਼ ਕਰਕੇ ਵੀ ਅਸੀਂ
ਜੋ ਸ਼ੀਟ ਹੈ ਉਹਨੂੰ ਡਿਲੀਟ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਇਨਸਰਟ ਦੇ ਵਿੱਚ ਜਾ ਕੇ ਸਾਡੇ ਕੋਲ ਇਨਸਰਟ ਸੈੱਲ ਦੀ ਵੀ ਆਪਸ਼ਨ ਆ। ਸੈੱਲ ਮਤਲਬ ਇੱਕ ਬਾਕਸ, ਜਿੱਦਾਂ ਹੁਣ ਮੈਂ ਇੱਥੇ ਕਲਿੱਕ ਕੀਤਾ ਆ ਅਤੇ ਮੈਂ ਇੱਥੇ ਇੱਕ ਸੈੱਲ ਚਾਹੁੰਦਾ ਹਾਂ, ਮਤਲਬ ਖਾਲੀ ਸੈੱਲ। ਉਹਦੇ ਵਾਸਤੇ ਅਸੀਂ ਇਨਸਰਟ 'ਤੇ ਗਏ ਅਤੇ ਇੱਥੇ ਸੈੱਲ 'ਤੇ ਕਲਿੱਕ ਕੀਤਾ। ਹੁਣ ਇੱਥੇ ਸਾਡੇ ਕੋਲ ਆਪਸ਼ਨ ਆਉਂਦੀ ਆ ਸ਼ਿਫਟ ਸੈੱਲ ਰਾਈਟ, ਸ਼ਿਫਟ ਸੈੱਲ ਡਾਊਨ, ਐਂਟਾਇਰ ਰੋ ਜਾਂ ਐਂਟਾਇਰ ਕੋਲਮ। ਹੁਣ ਆਹ ਜੋ ਪਹਿਲਾਂ ਆਪਾਂ ਕੀਤਾ ਉਦਾਂ ਹੀ ਵੀ ਐਂਟਾਇਰ ਰੋ 'ਤੇ ਕਲਿੱਕ ਕਰਤਾ ਅਤੇ ਪੂਰੀ ਨਵੀਂ ਰੋ ਆ ਗਈ। ਜੇ ਹੁਣ ਫਿਰ ਇੱਥੇ ਕਲਿੱਕ ਕੀਤਾ ਹੋਇਆ ਅਤੇ ਫਿਰ ਆਪਾਂ ਇਨਸਰਟ 'ਤੇ ਜਾ ਕੇ ਇਨਸਰਟ ਸੈੱਲ 'ਤੇ ਕਲਿੱਕ ਕੀਤਾ ਅਤੇ ਫਿਰ ਇੱਥੇ ਜਾ ਕੇ ਆਪਾਂ ਐਂਟਾਇਰ ਕੋਲਮ 'ਤੇ ਕਲਿੱਕ ਕਰ ਦਿੱਤਾ ਅਤੇ ਉਹ ਪੂਰੇ ਦਾ ਪੂਰਾ ਕੋਲਮ ਆ ਗਿਆ। ਠੀਕ ਹੈ, ਰੋ ਅਤੇ ਕੋਲਮ ਅਸੀਂ ਇੱਥੋਂ ਵੀ ਲਿਆ ਸਕਦੇ ਹਾਂ, ਇਨਸਰਟ ਤੋਂ ਜਾ ਕੇ ਇਨਸਰਟ ਸੈੱਲਸ ਵਿੱਚ ਜਾ ਕੇ ਨਵਾਂ ਕੋਲਮ ਨਵੀਂ ਰੋ ਐਡ ਕਰ ਸਕਦੇ ਹਾਂ। ਅਤੇ ਇੱਦਾਂ ਹੀ ਡਿਲੀਟ 'ਤੇ ਜਾ ਕੇ ਅਤੇ ਅਸੀਂ ਇੱਥੇ ਡਿਲੀਟ ਸੈੱਲ ਦੀ ਆਪਸ਼ਨਸ ਆ ਜਾਂਦੀਆਂ। ਹੁਣ ਜਿੱਦਾਂ ਫਿਰ ਇੱਥੇ ਐਂਟਾਇਰ ਕੋਲਮ 'ਤੇ ਕਲਿੱਕ ਕਰ ਦਿੱਤਾ, ਚੁੱਕੇ ਕਰਤਾ ਅਤੇ ਪੂਰਾ ਕੋਲਮ ਡਿਲੀਟ ਹੋ ਗਿਆ। ਹੁਣ ਆਪਾਂ ਰੋ 'ਤੇ ਕਲਿੱਕ ਕਰ ਦਿੱਤਾ, ਫਿਰ ਡਿਲੀਟ 'ਤੇ ਗਏ, ਡਿਲੀਟ ਸੈੱਲ 'ਤੇ ਗਏ ਅਤੇ ਇੱਥੇ ਜਾ ਕੇ ਡਿਲੀਟ ਰੋ ਦੇ ਉੱਪਰ ਕਲਿੱਕ ਕਰਤਾ, ਐਂਟਾਇਰ ਰੋ ਦੇ ਉੱਪਰ ਕਲਿੱਕ ਕਰਕੇ ਓਕੇ ਕਰਤਾ ਅਤੇ ਪੂਰੀ ਰੋ ਡਿਲੀਟ ਹੋ ਗਈ। ਹੁਣ ਆ ਕੇ ਜਾਂਦੀ ਗੱਲ ਸੈੱਲ ਦੀ, ਵੀ ਮੈਨੂੰ ਇੱਥੇ ਖਾਲੀ ਸੈੱਲ ਚਾਹੀਦਾ ਅਤੇ ਉਹਦੇ ਵਾਸਤੇ ਅਸੀਂ ਇਨਸਰਟ 'ਚ ਜਾਵਾਂਗੇ, ਇੱਥੇ ਜਾ ਕੇ ਇਨਸਰਟ ਸੈੱਲ ਦੇ ਉੱਪਰ ਕਲਿੱਕ ਕਰਾਂਗੇ। ਹੁਣ ਇੱਥੇ ਸ਼ਿਫਟ ਸੈੱਲ ਡਾਊਨ ਅਤੇ ਸ਼ਿਫਟ ਸੈੱਲ ਰਾਈਟ ਦੋ ਆਪਸ਼ਨ ਆ ਜਾਂਦੀਆਂ। ਹੁਣ ਮੈਂ ਇੱਥੇ ਸ਼ਿਫਟ ਸੈੱਲ ਰਾਈਟ ਕਰਕੇ ਉੱਥੇ ਓਕੇ 'ਤੇ ਕਲਿੱਕ ਕਰ ਦਿੱਤਾ। ਹੁਣ ਕੀ ਹੋਇਆ, ਉੱਥੇ ਇੱਕ ਨਵਾਂ ਸੈੱਲ ਆ ਗਿਆ ਅਤੇ ਜੋ ਵੈਲਿਊ ਸੀਗੀਆਂ ਉਹ ਅੱਗੇ ਅੱਗੇ ਸ਼ਿਫਟ ਹੋ ਗਈਆਂ। ਠੀਕ ਆ, ਰਾਈਟ ਸਾਈਡ ਦੇ ਉੱਪਰ ਸ਼ਿਫਟ ਕਰ ਦਿੱਤੀਆਂ। ਅਤੇ ਜੇ ਇਸੇ ਤਰੀਕੇ ਨਾਲ ਹੁਣ ਮੈਂ ਇੱਥੇ ਕਲਿੱਕ ਕੀਤਾ, ਫਿਰ ਇੱਥੇ ਇਨਸਰਟ 'ਤੇ ਗਿਆ, ਇਨਸਰਟ ਸੈੱਲ 'ਤੇ ਕਲਿੱਕ ਕੀਤਾ ਅਤੇ ਆਪਾਂ ਸ਼ਿਫਟ ਸੈੱਲ ਡਾਊਨ ਦੇ ਉੱਪਰ ਕਲਿੱਕ ਕਰਕੇ ਓਕੇ ਕਰਤਾ। ਹੁਣ ਉੱਥੇ ਇੱਕ ਖਾਲੀ ਸੈੱਲ ਆ ਗਿਆ ਅਤੇ ਉਹ ਵੈਲਿਊਜ਼ ਨੀਚੇ ਸ਼ਿਫਟ ਹੋ ਗਈਆਂ। ਆਪਾਂ ਇਸ ਤਰੀਕੇ ਨਾਲ ਮਤਲਬ ਜੇ ਸੈੱਲ ਐਡ ਕਰਾਂਗੇ ਤਾਂ ਜੋ ਪਹਿਲੀ ਵੈਲਿਊ ਉਹ ਕਿੱਧਰ ਜਾਵੇ, ਰਾਈਟ 'ਤੇ ਚਲੀ ਜਾਵੇ ਜਾਂ ਡਾਊਨ ਚਲੀ ਜਾਵੇ, ਉਹ ਆਪਾਂ ਐਡਜਸਟ ਕਰਾਂਗੇ ਇਨਸਰਟ ਤੋਂ ਜਾ ਕੇ। ਅਤੇ ਇੱਦਾਂ ਹੀ ਡਿਲੀਟ ਆ, ਡਿਲੀਟ ਸੈੱਲ 'ਚ ਜਾਵਾਂਗੇ ਅਤੇ ਹੁਣ ਉਹ ਸੈੱਲ ਨੂੰ ਮੈਂ ਡਿਲੀਟ ਕਰਨਾ ਅਤੇ ਹੁਣ ਉਹ ਵੈਲਿਊਜ਼ ਮੈਂ ਕਿਹਾ ਵੀ ਸ਼ਿਫਟ ਸੈੱਲ ਲੈਫਟ, ਲੈਫਟ 'ਤੇ ਹੋ ਜਾਵੇ। ਹੁਣ ਉੱਥੇ ਉਹ ਸੈੱਲ ਡਿਲੀਟ ਹੋ ਗਿਆ ਅਤੇ ਜਿਹੜੀਆਂ ਵੈਲਿਊ ਸੀਗੀਆਂ ਉਹ ਲੈਫਟ ਸਾਈਡ ਦੇ ਉੱਪਰ ਆ ਗਈਆਂ। ਇੱਦਾਂ ਹੀ ਹੁਣ ਆਹ ਵਾਲਾ ਸੈੱਲ ਹੈ, ਮੈਂ ਇੱਥੇ ਡਿਲੀਟ 'ਤੇ ਗਿਆ ਅਤੇ ਡਿਲੀਟ ਸੈੱਲ 'ਤੇ ਗਿਆ, ਇੱਥੇ ਜਾ ਕੇ ਅਸੀਂ ਸ਼ਿਫਟ ਸੈੱਲ ਅੱਪ ਦੇ ਉੱਪਰ ਕਲਿੱਕ ਕਰਤਾ। ਹੁਣ ਉੱਥੋਂ ਸੈੱਲ ਡਿਲੀਟ ਹੋ ਗਿਆ ਅਤੇ ਨੀਚੇ ਵਾਲੀਆਂ ਵੈਲਿਊ ਜਿਹੜੀਆਂ ਉੱਪਰ ਮੂਵ ਹੋ ਗਈਆਂ। ਅਸੀਂ ਇਸ ਤਰੀਕੇ ਨਾਲ ਇਹ ਸੈੱਲਸ ਗਰੁੱਪ ਦਾ ਯੂਜ਼ ਕਰਕੇ ਨਵੀਂ ਕੋਲਮ, ਨਵਾਂ ਰੋ, ਨਵਾਂ ਸੈੱਲ, ਨਵੀਂ ਸ਼ੀਟ ਐਡ ਵੀ ਕਰ ਸਕਦੇ ਹਾਂ, ਡਿਲੀਟ ਵੀ ਕਰ ਸਕਦੇ ਹਾਂ। ਠੀਕ ਹੈ, ਅਤੇ ਇਹ ਪਹਿਲਾਂ ਆਪਾਂ ਰਾਈਟ ਕਲਿੱਕ ਨਾ ਕੀਤਾ ਅਤੇ ਹੁਣ ਅਸੀਂ ਇਨਸਰਟ ਅਤੇ ਡਿਲੀਟ ਦੀਆਂ ਆਪਸ਼ਨ ਨੂੰ ਯੂਜ਼ ਕੀਤਾ। ਹੁਣ ਇਹ ਸਾਰਾ ਕੰਮ ਕੀਬੋਰਡ ਨਾਲ ਵੀ ਕੀਤਾ ਜਾ ਸਕਦਾ। ਕੀਬੋਰਡ ਨਾਲ ਕਰਨ ਵਾਸਤੇ ਸਾਡੇ ਕੋਲ ਕੁਛ ਸ਼ਾਰਟਕੱਟ ਕੀਜ਼ ਹੈਗੀਆਂ ਅਤੇ ਜਿੱਦਾਂ ਕਿ ਅਸੀਂ ਪਹਿਲਾਂ ਮੂਵ ਵਾਸਤੇ ਕੁਛ ਸ਼ਾਰਟਕੱਟ ਕੀਜ਼ ਦੇਖੀਆਂ, ਉਸੇ ਤਰੀਕੇ ਨਾਲ ਅਸੀਂ ਜੇਕਰ ਨਵਾਂ ਸੈੱਲ, ਨਵਾਂ ਕੋਲਮ ਐਡ ਕਰਨਾ ਚਾਹੁੰਦੇ ਹਾਂ ਉਹਦੇ ਵਾਸਤੇ ਹੁਣ ਸਾਨੂੰ ਕੀ ਕਰਨਾ ਪਏਗਾ, ਜਿੱਦਾਂ ਕਿ ਸਿਲੈਕਟ ਕਰਨ ਵਾਸਤੇ। ਠੀਕ ਹੈ, ਵੀ ਜਿੱਦਾਂ ਹੁਣ ਮੈਂ ਇਸ ਜਗ੍ਹਾ 'ਤੇ ਕਲਿੱਕ ਕੀਤਾ ਹੋਇਆ, ਮੈਂ ਪੂਰੀ ਰੋ ਨੂੰ ਸਿਲੈਕਟ ਕਰਨਾ ਜਾਂ ਪੂਰੇ ਕੋਲਮ ਨੂੰ ਸਿਲੈਕਟ ਕਰਨਾ, ਅਤੇ ਉਹਦੇ ਵਾਸਤੇ ਕੰਟਰੋਲ ਸਪੇਸ, ਕੰਟਰੋਲ ਸਪੇਸ ਕਰਾਂਗੇ ਤਾਂ ਪੂਰਾ ਕੋਲਮ ਹੀ ਸਿਲੈਕਟ ਕਰ ਦੇਗਾ, ਕੰਟਰੋਲ ਐਂਡ ਸਪੇਸ ਦੇ ਨਾਲ ਪੂਰਾ ਕੋਲਮ ਸਿਲੈਕਟ ਕਰ ਦਿੰਦਾ। ਠੀਕ ਹੈ, ਜੇ ਮੈਂ ਸ਼ਿਫਟ ਅਤੇ ਸਪੇਸ ਕਰਦਾ ਤਾਂ ਫਿਰ ਪੂਰੀ ਰੋ ਸਿਲੈਕਟ ਕਰ ਦਿੰਦਾ। ਠੀਕ ਹੈ, ਸ਼ਿਫਟ ਸਪੇਸ ਪੂਰੀ ਰੋ, ਕੰਟਰੋਲ ਸਪੇਸ ਪੂਰਾ ਕੋਲਮ ਸਿਲੈਕਟ ਕਰ ਦੇਗਾ ਕੀਬੋਰਡ ਦੇ ਨਾਲ। ਅਤੇ ਜੇ ਮੈਂ ਕੰਟਰੋਲ ਏ ਪ੍ਰੈਸ ਕਰਦਾ ਤਾਂ ਪੂਰੀ ਸ਼ੀਟ ਹੀ ਸਿਲੈਕਟ ਕਰ ਦਿੰਦਾ, ਕੰਟਰੋਲ ਏ, ਸ਼ਿਫਟ ਸਪੇਸ ਐਂਡ ਕੰਟਰੋਲ ਸਪੇਸ। ਠੀਕ ਹੈ, ਸਿਲੈਕਟ ਕਰਨ ਵਾਸਤੇ। ਹੁਣ ਜੇ ਮੈਂ ਮੰਨ ਲਓ ਸ਼ਿਫਟ ਸਪੇਸ ਕੀਤੀ ਅਤੇ ਪੂਰੀ ਰੋ ਸਿਲੈਕਟ ਹੋ ਗਈ ਸ਼ਿਫਟ ਸਪੇਸ ਦੇ ਨਾਲ। ਹੁਣ ਮੈਂ ਕੰਟਰੋਲ, ਸ਼ਿਫਟ ਅਤੇ ਪਲੱਸ ਦਾ ਸਾਈਨ ਐਡ ਕਰਦਾ। ਠੀਕ ਹੈ, ਅਤੇ ਉਹਦੇ ਉੱਪਰ ਜਿਹੜੀ ਰੋ ਸਿਲੈਕਟ ਹੋਏਗੀ ਉਹਦੇ ਉੱਪਰ ਇੱਕ ਨਵੀਂ ਰੋ ਐਡ ਹੋ ਜਾਏਗੀ। ਠੀਕ ਹੈ,
ਕੰਟਰੋਲ ਸ਼ਿਫਟ ਅਤੇ ਪਲੱਸ ਦਾ ਸਾਈਨ, ਆਪਾਂ ਪਲੱਸ ਕਰਦੇ ਜਾਵਾਂਗੇ ਤਾਂ ਨਵੀਂ ਰੋ ਐਡ ਕਰਦਾ ਜਾਏਗਾ, ਠੀਕ ਹੈ। ਅਤੇ ਇੱਦਾਂ ਹੀ ਜੇ ਮੈਂ ਕੰਟਰੋਲ ਸਪੇਸ ਕੀਤਾ ਆ ਤਾਂ ਪੂਰਾ ਕੋਲਮ ਸਿਲੈਕਟ ਹੋ ਗਿਆ ਆ, ਫਿਰ ਮੈਂ ਉਸ ਤਰੀਕੇ ਕੰਟਰੋਲ ਸ਼ਿਫਟ ਪਲੱਸ ਕਰਾਂਗਾ ਅਤੇ ਨਵਾਂ ਕੋਲਮ ਐਡ ਹੁੰਦਾ ਜਾਏਗਾ, ਠੀਕ ਹੈ। ਕੰਟਰੋਲ ਸ਼ਿਫਟ ਅਤੇ ਪਲੱਸ, ਜੇ ਪੂਰੀ ਰੋ ਸਿਲੈਕਟ ਆ ਤਾਂ ਰੋ ਐਡ ਕਰੀ ਜਾਣੀ ਆ, ਜੇ ਕੋਲਮ ਸਿਲੈਕਟ ਆ ਤਾਂ ਕੋਲਮ ਐਡ ਕਰੀ ਜਾਣੇ। ਅਤੇ ਇਸੇ ਤਰੀਕੇ ਨਾਲ ਜੇ ਕੰਟਰੋਲ ਮਾਈਨਸ ਕਰੂੰਗਾ ਅਤੇ ਉਹ ਜਿਹੜਾ ਹੈਗਾ ਕੋਲਮ ਡਿਲੀਟ ਕਰੇਗਾ, ਠੀਕ ਹੈ। ਅਤੇ ਜੇ ਹੁਣ ਆਪਾਂ ਫਿਰ ਸ਼ਿਫਟ ਸਪੇਸ ਕੀਤੀ ਤਾਂ ਪੂਰੀ ਰੋਅ ਸਿਲੈਕਟ ਹੋ ਗਈ, ਦੈਨ ਕੰਟਰੋਲ ਮਾਈਨਸ ਕਰਾਂਗੇ ਅਤੇ ਉਹ ਰੋਜ਼ ਜਿਹੜੀਆਂ ਆ ਉਹਨੂੰ ਡਿਲੀਟ ਕਰਦਾ ਰਹੇਗਾ, ਠੀਕ ਹੈ। ਅਤੇ ਕੰਟਰੋਲ ਮਾਈਨਸ, ਹੁਣ ਦੇਖੋ ਮੈਂ ਸਿਲੈਕਟ ਨਹੀਂ ਕੀਤਾ, ਠੀਕ ਹੈ। ਹੁਣ ਕੰਟਰੋਲ ਮਾਈਨਸ ਦੇ ਨਾਲ ਰੋਜ਼ ਡਿਲੀਟ ਕਰ ਦਿੰਦੇ ਹਾਂ, ਠੀਕ ਹੈ। ਹੁਣ ਮੈਂ ਕੁਛ ਸਿਲੈਕਟ ਨਹੀਂ ਕੀਤਾ, ਮਤਲਬ ਰੋ ਨਹੀਂ ਸਿਲੈਕਟ ਕੀਤੀ ਜਾਂ ਕੋਲਮ ਨਹੀਂ ਸਿਲੈਕਟ ਕੀਤਾ, ਠੀਕ ਹੈ। ਫਿਰ ਜੇ ਆਪਾਂ ਕੰਟਰੋਲ ਪਲੱਸ ਕਰਦੇ ਹਾਂ, ਕੰਟਰੋਲ ਸ਼ਿਫਟ ਪਲੱਸ ਕਰਦੇ ਹਾਂ, ਅਤੇ ਫਿਰ ਸਾਡੇ ਕੋਲ ਇਨਸਰਟ ਸੈੱਲ ਦੀਆਂ ਆਪਸ਼ਨਸ ਆ ਜਾਂਦੀਆਂ, ਜੋ ਆਪਾਂ ਪਹਿਲਾਂ ਕਰਕੇ ਹਟੇ ਹੋਏ ਹਾਂ, ਠੀਕ ਹੈ। ਜੇਕਰ ਧਿਆਨ ਰੱਖਣਾ, ਜੇਕਰ ਆਪਾਂ ਸਿਲੈਕਟ ਨਹੀਂ ਕੀਤਾ, ਪੂਰੀ ਰੋ ਨੂੰ ਸਿਲੈਕਟ ਨਹੀਂ ਕੀਤਾ ਜਾਂ ਪੂਰੇ ਕੋਲਮ ਨੂੰ ਸਿਲੈਕਟ ਨਹੀਂ ਕੀਤਾ, ਫਿਰ ਜੇ ਮੈਂ ਕੰਟਰੋਲ ਸ਼ਿਫਟ ਅਤੇ ਪਲੱਸ ਕਰਦਾ ਤਾਂ ਮੇਰੇ ਕੋਲ ਇਨਸਰਟ ਸੈੱਲ ਦੀਆਂ ਆਪਸ਼ਨਸ ਆ ਜਾਂਦੀਆਂ, ਠੀਕ ਹੈ। ਹੁਣ ਜਾਂ ਤਾਂ ਮੈਂ ਇਹਨਾਂ 'ਤੇ ਕਲਿੱਕ ਕਰ ਲਾਂ, ਨਹੀਂ ਤਾਂ ਤੁਸੀਂ ਇੱਥੇ ਦੇਖੋਗੇ ਹਰੇਕ ਆਪਸ਼ਨ 'ਤੇ, ਜਿੱਦਾਂ ਹੁਣ ਇੱਥੇ ਰਾਈਟ ਦੇ ਆਈ ਦੇ ਥੱਲੇ ਅੰਡਰਲਾਈਨ ਹੈਗਾ, ਡਾਊਨ ਦੇ ਡੀ ਦੇ ਥੱਲੇ ਅੰਡਰਲਾਈਨ ਹੈਗਾ, ਆਰ ਦੇ ਥੱਲੇ ਰੋ ਦੇ ਥੱਲੇ ਆਰ ਦੇ ਉੱਪਰ ਅੰਡਰਲਾਈਨ ਹੈਗਾ, ਕੋਲਮ ਦੇ ਸੀ ਦੇ ਅੰਡਰਲਾਈਨ ਹੈਗਾ। ਹੁਣ ਜਿੱਦਾਂ ਕਿ ਹੁਣ ਮੈਂ ਇੱਥੇ ਸਿਲੈਕਟ ਕੀਤਾ ਹੋਇਆ 153 ਵਾਲੇ ਕੋਲਮ ਦੇ ਵਿੱਚ ਮੈਂ ਸਿਲੈਕਟ ਕੀਤਾ ਹੋਇਆ, ਅਤੇ ਹੁਣ ਮੰਨ ਲਓ ਮੈਂ ਸੀ ਪ੍ਰੈਸ ਕਰ ਦੇਣਾ, ਇੱਥੋਂ ਸੀ ਪ੍ਰੈਸ ਕਰਕੇ ਐਂਟਰ ਕਰ ਦੇਣਾ ਅਤੇ ਨਵਾਂ ਕੋਲਮ ਐਡ ਹੋ ਗਿਆ, ਠੀਕ ਹੈ। ਜੇ ਹੁਣ ਮੈਨੂੰ ਰੋ ਚਾਹੀਦੀ ਹੈ, ਮੰਨ ਲਓ ਇਹਦੇ ਉੱਪਰ ਰੋ ਚਾਹੀਦੀ ਆ, ਹੁਣ ਮੈਂ ਕੰਟਰੋਲ ਸ਼ਿਫਟ ਪਲੱਸ ਕੀਤਾ, ਮੇਰੇ ਕੋਲ ਇਨਸਰਟ ਸੈੱਲ ਆ ਗਿਆ, ਅਤੇ ਹੁਣ ਰੋ ਵਾਸਤੇ ਆਰ ਆ, ਅਤੇ ਮੈਂ ਇੱਥੇ ਆਰ ਪ੍ਰੈਸ ਕੀਤਾ ਅਤੇ ਐਂਟਾਇਰ ਰੋ ਵਾਲੇ ਖਾਣੇ 'ਚ ਆ ਗਿਆ, ਅਤੇ ਬਾਅਦ ਆਪਾਂ ਐਂਟਰ ਕਰਤਾ ਅਤੇ ਨਵਾਂ ਰੋ ਆ ਗਿਆ, ਠੀਕ ਹੈ। ਇੱਦਾਂ ਹੀ ਹੁਣ ਜੇ ਮੈਂ ਕੰਟਰੋਲ ਮਾਈਨਸ ਪ੍ਰੈਸ ਕਰਦਾ ਅਤੇ ਫਿਰ ਉਹ ਡਿਲੀਟ ਵਾਲੀਆਂ ਆਪਸ਼ਨਸ ਆ ਜਾਂਦੀਆਂ, ਫਿਰ ਹੁਣ ਮੈਂ ਇੱਥੇ ਜਿਹੜੀ ਆ ਰੋ ਡਿਲੀਟ ਕਰਨੀ ਆ ਅਤੇ ਮੈਂ ਆਰ ਪ੍ਰੈਸ ਕੀਤਾ, ਦੈਨ ਐਂਟਰ ਕਰ ਦਿੱਤਾ, ਉਹ ਰੋ ਡਿਲੀਟ ਹੋ ਗਈ, ਠੀਕ ਹੈ। ਅਸੀਂ ਉਸ ਸੈੱਲ 'ਚ ਕਲਿੱਕ ਕਰਾਂਗੇ, ਫਿਰ ਕੰਟਰੋਲ ਮਾਈਨਸ ਪ੍ਰੈਸ ਕਰਾਂਗੇ ਅਤੇ ਫਿਰ ਸਾਡੇ ਕੋਲ ਡਿਲੀਟ ਸੈੱਲ ਦੀਆਂ ਆਪਸ਼ਨਸ ਆ ਜਾਣਗੀਆਂ। ਫਿਰ ਮੈਂ ਕੋਲਮ ਡਿਲੀਟ ਕਰਨਾ ਅਤੇ ਸੀ ਪ੍ਰੈਸ ਕਰ ਦੂੰਗਾ ਅਤੇ ਦੈਨ ਐਂਟਰ ਕਰ ਦੂੰਗਾ ਅਤੇ ਉਹ ਕੋਲਮ ਡਿਲੀਟ ਹੋ ਜਾਏਗਾ। ਅਤੇ ਆਪਾਂ ਇਸ ਤਰੀਕੇ ਨਾਲ ਇਹ ਕੰਮ ਚਾਹੇ ਰਾਈਟ ਕਲਿੱਕ ਨਾਲ ਕਰ ਸਕਦੇ ਹਾਂ, ਚਾਹੇ ਸੈਲਸ ਗਰੁੱਪ ਦੇ ਨਾਲ ਕਰ ਸਕਦੇ ਹਾਂ, ਅਤੇ ਚਾਹੇ ਕੀਬੋਰਡ ਦੇ ਨਾਲ ਕਰ ਸਕਦੇ ਹਾਂ। ਇਹ ਜਿਹੜੇ ਮਤਲਬ ਨੈਵੀਗੇਸ਼ਨ ਵਾਸਤੇ ਆਪਾਂ ਜਿਹੜੀਆਂ ਆਪਣੀਆਂ ਸ਼ਾਰਟਕੱਟ ਕੀਜ਼ ਹੈਗੀਆਂ ਜਾਂ ਆਪਸ਼ਨਸ ਹੈਗੀਆਂ ਉਹਨਾਂ ਨਾਲ ਯੂਜ਼ ਕਰਦੇ, ਅਤੇ ਇਹਨਾਂ ਨਾਲ ਆਪਾਂ ਆਪਣੀ ਪੂਰੀ ਸ਼ੀਟ ਵਿੱਚ ਨੈਵੀਗੇਟ ਕਰ ਸਕਦੇ ਹਾਂ, ਕੋਲਮਸ ਦੇ ਨਾਲ, ਰੋਜ਼ ਦੇ ਨਾਲ, ਸੈੱਲ ਦੇ ਨਾਲ ਕੰਮ ਕਰ ਸਕਦੇ ਹਾਂ।